ਥੋੜਾ ਜਿਹਾ ਨਾ ਹਜ਼ਰਤ ਯੂਸਫ ਅਲੈਹਿਸਲਾਮ ਨਾਲ ਕਿੱਸਾ ਸੁਣਾਓ ਤੇ ਆਉਣ ਨਾ ਦੋ ਚਾਰ ਲਫ਼ਜ਼ ਹਜ਼ਰਤ ਯੂਸਫ ਅਲੈਹਿਸਲਾਮ ਨਾਲ ਕਿਸੇ ਨੇ ਸੁਣਨੇ ਆ ਤੇ ਪਤਾ ਲੱਗਿਆ ਵਾ ਕਿਆ ਹਿਸਾਬ ਕਿਤਾਬ ਹੈ। ਤੁਹਾਨੂੰ ਜਗ੍ਹਾ ਸੁਣਾਉਂਦੇ ਆ ਉਹ ਜਿੱਥੋਂ ਭਗਿਆੜ ਨੂੰ ਫੜ ਕੇ ਲਿਆਉਂਦੇ ਨਾ ਤੇ ਬਿਆਨ ਸਵਾਲ ਭਗਿਆੜੇ ਨੇ ਆਉਂਦੇ ਨਾ ਤੇ ਉਹਨਾਂ ਨੇ ਪੁੱਤਰ ਇਹ ਗੱਲ ਆਉਂਦੇ ਨੇ ਬਈ ਯੂਸਫ ਨੂੰ ਭਗਿਆੜ ਖਾ ਗਏ ਤੇ ਅਜ਼ਰ ਯਕੂਬ ਅਲੈਹਿਸ ਸਲਾਮ ਹੁਕਮ ਦਿੰਦੇ ਨੇ ਬੱਚੋ ਭਗਿਆੜ ਨੱਪ ਕੇ ਲਿਆਓ। ਜਿਹੜਾ ਨੱਪ ਕਹਿੰਦਾ ਨੇ ਤੇ ਭਗਿਆੜ ਵੀ ਰੋਣਾ ਤੇ ਉਹ ਵੀ ਪੁੱਛਣੇ ਨੇ ਬਈ ਤੂੰ ਕਿਉਂ ਖਾਧਿਆ 1,25,000 ਦੰਬਾ ਪਹਾੜ ਚੂਨਾ ਖਾ ਲੈਣਾ। ਉਹ ਦੁਆ ਮੰਗਣਾ ਯਾ ਅੱਲਾ ਮੈਨੂੰ ਜ਼ਬਾਨ ਦੇ ਕਿਆਮਤ ਤੋੜੀ ਮੈਂ ਚੋਟਿਆ ਰਹਿ ਸਕ ਤੇ ਮੈਨੂੰ ਜ਼ਬਾਨ ਤੇ ਮੈਂ ਯਕੂਬ ਅਲੈਹਿਸ ਸਲਾਮ ਨਾਲ ਦੋ ਚਾਰ ਗੱਲਾਂ ਦੇ ਕਰ। ਭਾਈ ਜੀ ਲੰਮਾ ਨਹੀਂ ਠੇਰਨਾ ਇੱਥੋਂ ਸ਼ੁਰੂ ਕਰਨਾ ਜਿੱਥੋਂ ਨਾ ਭਗਿਆੜ ਬੋਲ ਪੈਣਾ। ਇਹ ਮਿਹਰਬਾਨੀ ਕਰਨੀ ਯਕੂਬ ਅਲੈਹਿਸ ਸਲਾਮ ਉਹਨਾਂ ਨੇ ਭਗਿਆੜ ਨਾਲ ਗੱਲ ਕੀਤੀ ਕਿ ਜੇ ਤੂੰ ਗੋਸ਼ਤ ਦਾ ਭੁੱਖਾ ਸੈ ਤੇ ਤੂੰ ਮੈਨੂੰ ਦੱਸਣਾ ਸੀ ਮੈਂ ਤੈਨੂੰ ਜਿਤਨਾ ਵੀ ਗੋਸ਼ਤ ਖਾਂਦੂ ਮੈਂ ਤੈਨੂੰ ਰਜਾ ਛੱਡਦਾ। ਤੈਨੂੰ ਏਡੀ ਭੁੱਖ ਪਈ ਸੀ ਜਿਹੜਾ ਤੂੰ ਮੇਰੇ ਯੂਸਫ ਨੂੰ ਹੀ ਖਾ ਗਿਆ। ਉਹ ਭਗਿਆੜ ਜੰਗਲ ਦਾ ਜਾਨਵਰ ਅਸਮਾਨ ਵੱਲ ਮੂੰਹ ਕਰਕੇ ਬਾਰਗਾਹ ਰੱਬੁਲ ਇੱਜ਼ਤ ਦੇ ਵਿੱਚ ਫਰਿਆਦ ਕਰਦਾ ਕਿ ਯਾ ਰੱਬੁਲ ਇੱਜ਼ਤ ਮੈਨੂੰ ਆਪਣੀ ਬਾਰਗਾਹ ਦੇ ਵਿੱਚੋਂ ਆਪਣੀ ਰਹਿਮਤ ਦੇ ਨਾਲ ਜ਼ਬਾਨ ਅਦਾ ਕਰ ਮੈਂ ਤੇਰੇ ਪੈਗੰਬਰ ਦੇ ਨਾਲ ਇੱਕ ਗੱਲ ਕਰ। ਗੁਰਗਮੂ ਅਸਮਾਨ ਦੇ ਵੱਲ ਕਰਕੇ ਗੁਰਗਮੂ ਅਸਮਾਨ ਦੇ ਵੱਲ ਕਰਕੇ ਰੋ ਰੋ ਛਮ ਛਮ ਨੀਰ ਵਗਾਵਦਾ ਤੇ ਛੁਰੀਆਂ ਗੁੱਜੀਆਂ ਕਾਲ ਜੇ ਵਗਦੀਆਂ ਨੇ ਛੁਰੀਆਂ ਗੁੱਜੀਆਂ ਕਾਲ ਜੇ ਵਗਦੀਆਂ ਸੂ ਤੇ ਮੂੰਹ ਬੋਲ ਨਾ ਕੁਝ ਵੀ ਸੁਣਾਉਂਦਾ ਬਾਰਗਾ ਖੁਦਾ ਦੀ ਕਰੇ ਛੇੜੇ ਤੇ ਕਰੇ ਮਾਲਕਾ ਜਿਵੇਂ ਤੈਨੂੰ ਭਾਉਂਦਾਈ ਤੇ ਮੈਨੂੰ ਬਖਸ਼ ਜ਼ਬਾਨ ਬਿਆਨ ਵਾਲੀ ਮੈਨੂੰ ਬਖਸ਼ ਜ਼ਬਾਨ ਬਿਆਨ ਵਾਲੀ ਦਿਲ ਘਬਰਾਵਦਾ ਤੇ ਥਰ ਥਰਾਵਦਾਈ ਤੇ ਯਕੂਬ ਅਲੈ ਇਸਲਾਮ ਤਾਵੀ ਉਸੇ ਵਕਤ ਖੁਦਾ ਇਹ ਬਤਾਵਦਾਈ ਬਾਰਗਾਹ ਰੱਬੁਲ ਇੱਜ਼ਤ ਦੇ ਵਿੱਚੋਂ ਜਨਾਬ ਹਜ਼ਰਤ ਯਕੂਬ ਅਲੈਹਿਸ ਸਲਾਮ ਮਰਵਾ ਵਾਸਤੇ ਕੀ ਆਰਡਰ ਆਇਆ ਰੱਖੋ ਸਿਰੇ ਤੇ ਹੱਥ ਤੇ ਬੋਲ ਪੈਸੀ ਰੱਖੋ ਸਿਰੇ ਤੇ ਹੱਥ ਤੇ ਬੋਲ ਪੈਸੀ ਨਬੀ ਉੱਠਿਆ ਸ਼ੁਕਰ ਬਜਾਵਦਾਈ ਜਿਸ ਵੇਲੇ ਭਗਿਆੜ ਦੇ ਸਿਰ ਤੇ ਹੱਥ ਰੱਖਿਆ ਜਨਾਬ ਹਜ਼ਰਤ ਯਕੂਬ ਅਲੈਹਿਸ ਸਲਾਮ ਹੋਰਾਂ ਨੇ ਤਮੀਆ ਦਾਇਮ ਸਾਹਿਬ ਦੇਖਦੇ ਨੇ ਸਾਫ਼ ਬੋਲਿਆ ਗੁਰਗ ਇਨਸਾਨ ਵਾਂਗੂ ਸਾਹਿਬ ਸਿਰੇ ਤੇ ਹੱਥ ਟਿਕਾਉਂਦਾ ਹੀ
ਜਦੋਂ ਮਾਲਕ ਸਿਰ ਤੇ ਹੱਥ ਰੱਖੇ ਤੇ ਫਿਰ ਬੇਜ਼ਬਾਨ ਵੀ ਬੋਲ ਪੈਂਦੇ। ਲੁਕਤਾ ਕਰ ਦੇ ਨਜ਼ਕ ਵੈਸੀ ਤੇ ਦਸਤੇ ਕਾਮਲ ਜਦੂ ਸਿਰ ਤੇ ਆਮਦਾਈ। ਜਨਾਬ ਹਜ਼ਰਤ ਯਾਕੂਬ ਅਲੈਹ ਸਲਾਮ ਪਗਿਆੜ ਦੇ ਸਿਰ ਤੇ ਹੱਥ ਰੱਖ ਕੇ ਆਂਦੇ ਨੇ ਅੱਲਾ ਦੇ ਹੁਕਮ ਨਾਲ ਦੱਸ ਗੱਲ ਕੀ ਹੋਈ ਤੇ ਪਗਿਆੜ ਕੀ ਆਂਦਾ। ਬਾ ਅਦਬ ਸਲਾਮ ਕਲਾਮ ਕਰਦਾ, ਬਾ ਅਦਬ ਸਲਾਮ ਕਲਾਮ ਕਰਦਾ ਤੇ ਸੁਣੋ ਵੀ ਨਤੀਜਾ ਸਰਕਾਰ ਹਜ਼ਰਤ ਕਦਮ ਅਦਬੋ ਤੇ ਨਾ ਹੀ ਚੱਲਦੇ ਤੀਰ ਤਲਵਾਰ। ਆਖਿਆ ਸਰਕਾਰ ਤੁਹਾਡਾ ਅਰਸ਼ ਅਦਬ ਕਰਦੀ, ਮੇਰੀ ਕੀ ਮਿਜਾਲ ਸੀ ਮੈਂ ਤੁਹਾਡੇ ਪੁੱਤਰ ਨੂੰ ਕਰ ਦਿਰਦਾਰ ਸਾਹਿਬ ਉਹ ਨੰਬਰਦਾਰ ਸਾਹਿਬ ਦੀ ਹੋਰ ਮਰਜ਼ੀ ਹੈ।
ਕਹਿੰਦਾ ਮੇਰੀ ਉਹ ਕੀ ਮਜਾਲ ਇਹ ਜ਼ੁਲਮ ਕਰਦਾ ਮੈਂ ਕੌਣ ਕਮੀਨ ਗਵਾਰ ਹਜ਼ਰਤ ਸਾਹਿਬ ਸਾਡਿਆ ਜ਼ੋਰ ਥੀ ਬਕਰੀਆਂ ਦਾ ਕੁੱਟ ਮਾਰ ਕੇ ਪੇਸ਼ ਸਰਕਾਰ ਹਜ਼ਰਤ ਗਲ ਕੇ ਸ਼ਰਮ ਥੀ ਮੋਮ ਵਜੂ ਦੋਨਾ ਗਲ ਕੇ ਸ਼ਰਮ ਥੀ ਮੋਮ ਵਜੂ ਦੋਆ ਤੁਮ ਫਿਰ ਰਹੇਗੀ ਵਿੱਚ ਸੰਸਾਰ ਹਜ਼ਰਤ ਤੇਰਿਆ ਪੁੱਤਰਾ ਨਾਮ ਬਦਨਾਮ ਕੀਤਾ ਤੇਰਿਆ ਪੁੱਤਰਾ ਨਾਮ ਬਦਨਾਮ ਕੀਤਾ ਕਰਕੇ ਚੋਰ ਹੂਨੀ ਸੰਗਲ ਮਾਰ ਹਜ਼ਰਤ ਕਰਕੇ ਚੋਰ ਹੂਨੀ ਸੰਗਲ ਮਾਰ ਹਜ਼ਰਤ ਗਲ ਕੇ ਸ਼ਰਮ ਥੀ ਮੋਮ ਵਜੂ ਦੋਨਾ ਤੇ ਬੜੀ ਵੱਡੀ ਉੱਥੇ ਕਸਮ ਜਾਂਦਾ ਫਗਿਆੜ ਮਾਰਿਆ ਤੇਰਾ ਇਨਕਾਰ ਹਜ਼ਰਤ ਮੈਂ ਤੇ ਗਮਾਂ ਦਾ ਮਾਰਿਆ ਆਪ ਫਿਰਦਾ ਮੇਰਾ ਬਤਨਾ ਯਮਨ ਦੀ ਪਾਰ ਹਜ਼ਰਤ ਮੇਰਾ ਬਤਨਾ ਯਮਨ ਦੀ ਪਾਰ ਹਜ਼ਰਤ ਜੰਗਲ ਸ਼ਾਮ ਤੇ ਆ ਇੱਕ ਵੀਰ ਮੇਰਾ ਜੰਗਲ ਸ਼ਾਮ ਤੇ ਆ ਇੱਕ ਵੀਰ ਮੇਰਾ ਕਿਸੇ ਦੱਸਿਆ ਸਖਤ ਬੀਮਾਰ ਹਜ਼ਰਤ ਸੁਣ ਕੇ ਹੋਸ਼ ਬੇਹੋਸ਼ ਬਜਾ ਨਾ ਰਹੀ ਸੁਣ ਕੇ ਹੋਸ਼ ਬਜਾ ਨਾ ਰਹੀ ਮੇਰੀ ਆਇਆ ਲੈਣ ਮੈਂ ਉਸ ਦੀ ਸਾਰ ਹਜ਼ਰਤ ਆਇਆ ਲੈਣ ਮੈਂ ਉਸ ਦੀ ਅਗੂ ਹੱਸ ਪਈ ਕਿਸੇ ਹੋਸਿਆ ਜ਼ਾਲਮ ਅਗੂ ਦੱਸ ਪਈ ਕਿਸੇ ਸਿਆ ਜ਼ਾਲਮ ਕੀਤਾ ਉਸ ਨੂੰ ਮਾਰ ਛਕਾਰ ਅੰਦਰ ਬੈਠ ਵਾਰ ਵੇਖਣੀ ਮੈਂ ਰੋਵਦਾ ਤੋਂ ਅੰਦਰ ਵੀਰ ਸਨ ਜੀ ਯਾਦਗਾਰ ਹਜ਼ਰਤ ਅੰਦਰ ਵੀਰ ਸਨ ਜੀ ਯਾਦਗਾਰ ਹਜ਼ਰਤ ਕਿਹੜਾ ਰੰਗ ਸੀ ਸਾਜੇ ਬੇਲੀਆਂ ਦਾ ਫਿਰ ਮੇਲ ਆਉਣਾ ਕਿੱਥੇ ਪੱਲਾ ਪਲੇ ਵਿੜਾ ਸਕਿਓ ਸੀ ਤੇ ਕੋਈ ਗੱਲ ਦੱਸੋ
ਬੜੀ ਯਾਦ ਰੱਖੀਏ ਤੁਸਾਂ ਬਾਜ ਜਦੋਂ ਦਿਲ ਤੰਗ ਹੋ ਸੀ ਕਿਸਮਤਾਂ ਦੇ ਕਿੱਥੇ ਸ਼ਮਾ ਤੇ ਕਿੱਥੇ ਪਤੰਗ ਓ